ਸ਼ਾਂਤ ਮਾਨ ਦੇ ਕਹਿਣ ਤੇ ਨਹੀਂ ਕਿਉਂ ਸਾਡੇ ਮੁੰਡੇ ਗ੍ਰਿਫਤਾਰ ਕਰਦੇ ਨੇ? ਅਸੀਂ ਸ਼ਾਂਤਮਈ ਤਰੀਕੇ ਨਾਲ ਕਰਦੇ ਆ। ਕੀ ਕਰ ਰਹੇ ਹੋ? ਉਹ ਕੀ ਕਰ ਰਹੇ ਹੋ? ਅਸੀਂ ਸ਼ਾਂਤਮਈ ਦਾ ਖੜੇ। ਸ਼ਾਂਤਮਈ ਆ, ਇਹ ਸ਼ਾਂਤਮਈ ਆ। ਜਿਹੜਾ ਕੰਮ ਤੁਸੀਂ ਕਰ ਰਹੇ ਹੋ ਨਾ, ਇਹ ਤੁਸੀਂ ਗੈਰ ਕਾਨੂੰਨੀ ਕਰ ਰਹੇ ਹੋ। ਨੌਜਵਾਨ ਅੱਗੇ ਲੰਘ ਗਏ ਨੇ ਰੋਕਾਂ ਤੋੜ ਕੇ ਤੇ ਪਿੱਛੇ ਇੱਕ ਟਰੱਕ ਨੂੰ ਰੋਕ ਲਿਆ ਗਿਆ। ਭਗਵੰਤ ਮਾਨ ਦੇ ਕਹਿਣ ਤੇ ਨਹੀਂ ਜਾ ਕਿਉਂ ਸਾਡੇ ਮੁੰਡੇ ਗ੍ਰਿਫਤਾਰ ਕਰਦੇ ਨੇ? ਅਸੀਂ ਸ਼ਾਂਤਮਈ ਤਰੀਕੇ ਨਾਲ ਕਰਦੇ ਆ। ਕੀ ਕਰ ਰਹੇ ਹੋ? ਉਹ ਕੀ ਕਰ ਰਹੇ ਹੋ? ਅਸੀਂ ਸ਼ਾਂਤਮਈ ਦਾ ਖੜੇ। ਸ਼ਾਂਤਮਈ ਆ, ਇਹ ਸ਼ਾਂਤਮਈ ਆ, ਇਹ ਸ਼ਾਂਤਮਈ ਮੁਲਾਜ਼ਮ ਆ, ਇਹ ਸ਼ਾਂਤਮਈ ਆ। ਆਜੋ, ਆਓ ਗੱਲ ਕਰੀਏ, ਆਓ ਗੱਲ ਕਰੀਏ। ਪਿਆਰ ਨਾ ਬਣਾ ਲਓ। ਜਿਹੜਾ ਕੰਮ ਤੁਸੀਂ ਕਰ ਰਹੇ ਹੋ ਨਾ, ਇਹ ਤੁਸੀਂ ਗੈਰ ਕਾਨੂੰਨੀ ਕਰ ਰਹੇ ਹੋ। ਲਾਅ ਐਂਡ ਆਰਡਰ ਤੋੜ ਰਹੇ ਹੋ। ਜੇ ਕੋਈ ਮੁੰਡਾ ਗਲਤ ਕਰਦਾ ਤੁਸੀਂ ਉਹਨੂੰ ਪਿਆਰ ਨਾਲ ਸਮਝਾ ਲਓ ਜੀ। ਲਾਅ ਐਂਡ ਆਰਡਰ ਤੋੜ ਰਹੇ ਹੋ। ਅਸੀਂ ਤੁਹਾਡਾ ਸਤਿਕਾਰ ਕਰਦੇ, ਤੁਸੀਂ ਡਿਊਟੀ ਆ ਜਾਓ। ਸਤਿਕਾਰ ਕਰੋ। ਕਾਹਦਾ ਸਤਿਕਾਰ ਕੀਤਾ ਤੁਸੀਂ? ਸੋ ਬਿਲਕੁਲ ਕੋਈ ਨਹੀਂ ਬਾਜੀ, ਕੋਈ ਤੁਹਾਡੀ ਵੀ ਮਜਬੂਰੀ ਆ। ਚਲੋ ਅਸੀਂ ਸਮਝਦੇ ਆ ਵੀ ਤੁਹਾਡੀ ਵੀ ਮਜਬੂਰੀ ਆ ਸਰ। ਸਤਿਕਾਰ ਨਾਲ ਗੱਲਾਂ ਕਰਦੇ ਤੁਸੀਂ, ਤੁਸੀਂ ਇੱਕ ਦੋ ਜਣੇ ਗੱਲ ਕਰਦੇ। ਮੈਂ ਆ ਗਿਆ ਬ੍ਰੋ, ਮੈਂ ਆ ਗਿਆ। ਕੋਈ ਨਹੀਂ, ਕੋਈ ਜਾਂਦੀ ਅਸੀਂ ਸਰ, ਅਸੀਂ ਕਹਿ ਲੈ ਆਪਾਂ ਲਾਣਾ ਥੋੜਾ ਯਾਰ, ਤੁਸੀਂ ਸਾਡੇ ਭਰਾ ਹੋ ਯਾਰ, ਆਪਾਂ ਲਾਣਾ ਹੈ। ਮੈਂ ਤਾਂ ਹੀ ਕਹਿੰਦਾ ਸਰ ਵੀ ਆਪਾਂ ਤੁਸੀਂ ਬੈਠੋ, ਆਪਾਂ ਤੁਸੀਂ ਆਪਣੀ ਡਿਊਟੀ ਕਰੋ। ਉਹਨਾਂ ਨੂੰ ਕਹਿੰਦੇ ਵੀ ਰਾਜੀ ਨਾ ਕਰੋ, ਨਾ ਬੋਲਣਾ ਚਾਹੀਦਾ ਨਾ। ਅਸੀਂ ਤਾਂ ਕਹਿੰਦੇ ਪੰਗਾ ਪੈ ਜੂ ਨਾ ਥੋੜਾ, ਅਸੀਂ ਮੰਨਦੇ ਹਾਂ ਫਿਰ ਬੋਲਣਾ ਦਾ ਮੂਹਰਲੇ ਨੂੰ ਵੀ ਸਹੀ ਢੰਗ ਨਾਲ ਬੋਲਣਾ। ਹਾਂ ਨਹੀਂ, ਕੋਈ ਨਹੀਂ, ਮੈਂ ਇੱਥੇ ਹੁਣ ਜਾ ਰਿਹਾ। ਅਸੀਂ ਪੱਗਾਂ ਨਹੀਂ ਲਾਉਣੀਆਂ, ਤੁਸੀਂ ਸਾਡੇ ਨਾਲ ਬਸ ਇਹੀ ਤਾਂ ਸੋਚਣ ਵਾਲੀ ਗੱਲ ਹੈ। ਸਾਡੇ ਨੌਜਵਾਨ ਪਹਿਲਾਂ ਦੀ ਪਹਿਲਾਂ ਹੁੰਦੇ ਨੇ, ਹੋਰ ਫਿਰ ਬਦਲ ਕੇ ਜਾਂਦੇ। ਅਸੀਂ ਤਾਂ ਥੱਲੇ ਲਾ ਤੇ ਜਮਾ, ਅਸੀਂ ਇਹ ਤੋਂ ਤਾਂ ਮਰੀ ਚੰਗੇ ਆ ਫਿਰ। ਸਾਡਾ ਜਾਣ ਦਾ ਕੋਈ ਹੱਕ ਨਹੀਂ ਇੱਥੇ। ਵਾਜੂਗਾ ਕਿਸੇ ਦੇ ਹੱਥ ਅੰਦਰ ਆ ਕੇ। ਸੋ ਬਿਲਕੁਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਬੜੇ ਪਿਆਰ ਦੇ ਨਾਲ ਸਮਝਾਇਆ ਜਾ ਰਿਹਾ। ਸੋ ਵਿੱਚ ਤਲਖੀ ਹੋਈ ਸੀਗੀ,